ਆਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ਸਾਰੇ ਦੋਸਤਾਂ ਨੂੰ ਇੱਕ ਵਾਰੀ ਫਿਰ ਜਾਈਏ ਸੁਮਸੀ ਦੀ। ਪਿਆਰੇ ਦੋਸਤੋ, ਆਓ ਅਸੀਂ ਅੱਜ ਇੱਕ ਵਾਰੀ ਫਿਰ ਪ੍ਰਭੂ ਦੇ ਵਚਨ ਦੇ ਉੱਤੇ ਧਿਆਨ ਕਰੀਏ। ਅੱਜ ਦਾ ਪਹਿਲਾ ਪਾਠ ਹੋਸ਼ਿਆ ਨਬੀ ਦੀ ਪੁਸਤਕ ਉਸ ਦਾ 14ਵਾਂ ਅਧਿਆਏ 2 ਤੋਂ ਲੈ ਕੇ 10 ਐ ਤੱਕ, ਅੱਜ ਦੀ ਅੰਜੀਲ ਮੱਤੀ ਦੀ ਉਸ ਦਾ 10ਵਾਂ ਅਧਿਆਏ 16 ਤੋਂ ਲੈ ਕੇ 24 ਐ ਤੱਕ। ਪਿਆਰੇ ਦੋਸਤੋ, ਤੁਸੀਂ ਜਦੋਂ ਪੂਰੀ ਬਾਈਬਲ ਨੂੰ ਪੜ੍ਹੋ ਤੇ ਪੂਰੀ ਬਾਈਬਲ ਜੋ ਹੈ ਤਿੰਨ ਵਿਸ਼ਿਆਂ ਦੇ ਉੱਤੇ ਕੇਂਦਰਿਤ ਹੈ। ਪਹਿਲਾ ਵਿਸ਼ਾ ਹੈ ਪਾਪ, ਦੂਸਰਾ ਹੈ ਸਜ਼ਾ ਅਤੇ ਤੀਸਰਾ ਹੈ ਦਇਆ। ਅੱਜ ਦੇ ਪਹਿਲੇ ਪਾਠ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਸਰਾਇਲੀ ਕੌਮ ਨੇ ਖੁਦਾ ਦੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਖੁਦਾ ਨੇ ਉਹਨਾਂ ਨੂੰ ਸਜ਼ਾ ਦਿੱਤੀ ਅਤੇ ਉਸ ਦੇ ਬਾਅਦ ਖੁਦਾ ਅੱਜ ਦੇ ਵਚਨ ਦੇ ਵਿੱਚ ਉਹਨਾਂ ਨੂੰ ਕਹਿ ਰਿਹਾ ਹੈ ਕਿ ਮੇਰੇ ਕੋਲ ਮੁੜ ਆਓ। ਖੁਦਾ ਉਹਨਾਂ ਦੇ ਉੱਤੇ ਦਇਆ ਵਿਖਾਉਂਦਾ ਹੈ। ਹਾਂ ਪਿਆਰਿਓ, ਬਹੁਤ ਵਾਰੀ ਸਾਡਾ ਵੀ ਇਹੋ ਹੀ ਹਾਲ ਹੈ। ਜਦੋਂ ਅਸੀਂ ਪਾਪ ਕਰਦੇ ਹਾਂ ਤੇ ਖੁਦਾ ਦੀ ਸਜ਼ਾ ਸਾਨੂੰ ਮਿਲੇਗੀ, ਪਰ ਜਦੋਂ ਅਸੀਂ ਆਪਣੇ ਗੁਨਾਹਾਂ ਦੇ ਉੱਤੋਂ ਪਛਤਾਵਾ ਕਰ ਲੈਂਦੇ ਹਾਂ ਤਾਂ ਫਿਰ ਪਿਆਰਿਓ ਖੁਦਾ ਆਪਣੀ ਦਇਆ ਸਾਨੂੰ ਦਿਖਾਉਂਦਾ ਹੈ। ਅੱਜ ਦੀ ਜੋ ਅੰਜੀਲ ਹੈ ਉਸ ਦੇ ਵਿੱਚ ਅਸੀਂ ਇਹਨਾਂ ਦਿਨਾਂ ਦੇ ਵਿੱਚ ਸੁਣਦੇ ਆ ਰਹੇ ਹਾਂ ਕਿ ਖੁਦਾ ਦੇ ਦਾਸ ਜਾਂ ਖੁਦਾ ਦੇ ਚੇਲੇ ਜਾਂ ਸੇਵਕ ਹੋਣ ਦਾ ਕੀ ਮਤਲਬ ਹੈ। ਦੇਖੋ, ਪ੍ਰਭੂ ਯਿਸੂ ਮਸੀਹ ਪਹਿਲਾਂ ਚੁਣਦਾ ਹੈ, ਉਹਨਾਂ ਨੂੰ ਅਧਿਕਾਰ ਦਿੰਦਾ ਹੈ ਤੇ ਨਾਲ ਹੀ ਨਾਲ ਅੱਜ ਦੇ ਵਚਨ ਦੇ ਵਿੱਚ ਅਸੀਂ ਸੁਣਦੇ ਹਾਂ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕੁਝ ਗੱਲਾਂ ਤੋਂ ਜਾਣੂ ਵੀ ਕਰਾਉਂਦਾ ਹੈ, ਸੱਚਿਆਈਆਂ ਤੋਂ ਜਾਣੂ ਕਰਾਉਂਦਾ ਹੈ। ਅੱਜ ਦੀ ਅੰਜੀਲ ਦੇ ਵਿੱਚ ਪ੍ਰਭੂ ਕਹਿੰਦਾ ਹੈ ਕਿ ਸਾਵਧਾਨ ਰਹੋ, ਚੁਕੰਨੇ ਰਹੋ, ਸੱਪ ਦੇ ਵਾਂਗ ਚਲਾਕ ਤੇ ਕਬੂਤਰ ਦੇ ਵਾਂਗੂ ਭੋਲੇ ਬਣ ਕੇ ਰਹਿਣਾ ਹੈ, ਕਿਉਂਕਿ ਅੱਜ ਮੈਂ ਤੁਹਾਨੂੰ ਭੇਡਾਂ ਦੇ ਰੂਪ ਵਿੱਚ ਬਗਿਆੜਾਂ ਦੇ ਵਿੱਚ ਘੱਲ ਰਿਹਾ। ਤੇ ਪ੍ਰਭੂ ਯਿਸੂ ਮਸੀਹ ਅੱਜ ਇੱਕ ਹੋਰ ਸੱਚਾਈ ਦੱਸਦਾ ਹੈ, ਕਹਿੰਦਾ ਹੈ ਕਿ ਤੁਹਾਡੇ ਵਿਰੁੱਧ ਬਹੁਤ ਲੋਕ ਹੋ ਜਾਣਗੇ, ਇੱਥੋਂ ਤੱਕ ਕਿ ਤੁਹਾਡੇ ਆਪਣੇ ਪਰਿਵਾਰ ਦੇ ਜੀ ਭਰਾ ਭਰਾ ਦੇ ਵਿਰੁੱਧ ਹੋ ਜਾਏਗਾ, ਬੱਚੇ ਮਾਪਿਆਂ ਦੇ ਵਿਰੁੱਧ ਹੋ ਜਾਣਗੇ। ਤੇ ਪਿਆਰਿਓ, ਬਾਈਬਲ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਪੁਰਾਣੇ ਅਹਿਦਨਾਮੇ ਦੇ ਵਿੱਚ ਉਤਪਤੀ ਪੁਸਤਕ ਦੇ ਵਿੱਚ ਕਿ ਕਿਸ ਤਰ੍ਹਾਂ ਯੂਸਫ ਉਸਦੇ ਭਰਾ ਉਸਦੇ ਵਿਰੁੱਧ ਹੋ ਗਏ, ਉਸਦੇ ਭਰਾਵਾਂ ਨੇ ਉਸਨੂੰ ਇੱਥੋਂ ਤੱਕ ਕਿ ਮਾਰਨ ਦੇ ਲਈ ਪੂਰੀ ਯੋਜਨਾ ਬਣਾਈ, ਆਖਿਰ ਵਿੱਚ ਉਸਨੂੰ ਵੇਚ ਦਿੱਤਾ। ਤੇ ਇਹੋ ਜਿਹਾ ਹੀ ਹਾਲ ਅੱਜ ਕੱਲ੍ਹ ਸਾਡੇ ਸਮਾਜ ਦੇ ਵਿੱਚ ਵੀ ਹੋ ਰਿਹਾ ਹੈ, ਅਤੇ ਖਾਸ ਕਰਕੇ ਜਦੋਂ ਅਸੀਂ ਜੋ ਖੁਦਾ ਦੇ ਦਾਸ ਹਨ ਦਾਸੀਆਂ ਹਨ ਉਹਨਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਪ੍ਰਭੂ ਯਿਸੂ ਮਸੀਹ ਦੇ ਨਾਂ ਦੀ ਖਾਤਰ ਉਹਨਾਂ ਨੂੰ ਦੁੱਖ ਸਹਿਣੇ ਪੈਣਗੇ, ਇਹ ਪ੍ਰਭੂ ਦਾ ਵਚਨ ਹੈ। ਸਾਨੂੰ ਦੁੱਖ ਸਹਿਣੇ ਪੈਣਗੇ, ਕੁਰਬਾਨੀਆਂ ਦੇਣੀਆਂ ਪੈਣਗੀਆਂ, ਲੇਕਿਨ ਅਸੀਂ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਹੈ। ਤੇ ਅੱਜ ਪਾਗਮਾ ਗਲੇਸ਼ੀਆ 7 ਭਰਾਵਾਂ ਦਾ ਸ਼ਹੀਦੀ ਦਿਵਸ ਵੀ ਮਨਾਉਂਦੀ ਹੈ। ਰੋਮ ਦੇ ਵਿੱਚ 2 ਸਦੀ ਦੇ ਵਿੱਚ ਜਦੋਂ ਮਸੀਹਾਂ ਦੇ ਉੱਤੇ ਅਤਿਆਚਾਰ ਹੋ ਰਹੇ ਸੀ ਤਾਂ ਸੰਤਨੀ ਫੈਲਿਸਤੀ ਅਤੇ ਉਸਦੇ 7 ਪੁੱਤਰਾਂ ਨੂੰ ਦੇਵੀ ਦੇਵਤਿਆਂ ਦੇ ਸਾਹਮਣੇ ਝੁਕਣ ਦੇ ਲਈ ਆਖਿਆ ਗਿਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ, ਅਤੇ ਫਿਰ ਕੀ ਹੋਇਆ, ਉਹਨਾਂ ਨੂੰ ਬਹੁਤ ਸਾਰੇ ਲਾਲਚ ਵੀ ਦਿੱਤੇ ਗਏ, ਲੇਕਿਨ ਉਹ ਲਾਲਚ ਦੇ ਵਿੱਚ ਨਹੀਂ ਆਏ ਤੇ ਆਖਿਰ ਵਿੱਚ ਉਹਨਾਂ ਨੂੰ ਵੱਖ ਵੱਖ ਤਰੀਕਿਆਂ ਦੇ ਨਾਲ ਤਸ਼ੱਦਦ ਦੇ ਕੇ ਸ਼ਹੀਦ ਕਰ ਦਿੱਤਾ। ਹਾਂ ਪਿਆਰੇ, ਇਹੋ ਹੀ ਹੈ ਈਮਾਨ। ਯਿਸੂ ਦੇ ਨਾਂ ਦੀ ਖਾਤਰ ਅਸੀਂ ਵੀ ਈਮਾਨ ਵਿੱਚ ਪੱਕਿਆਂ ਰਹਿਣਾ ਹੈ, ਚਾਹੇ ਸਾਡੀ ਜਾਨ ਵੀ ਕਿਉਂ ਨਾ ਚਲੀ ਜਾਵੇ। ਤੇ ਆਓ ਅਸੀਂ ਅੱਜ ਇਹਨਾਂ ਵਚਨਾਂ ਦੇ ਉੱਤੇ ਧਿਆਨ ਰੱਖਦੇ ਹੋਏ ਪ੍ਰਭੂ ਨੂੰ ਪ੍ਰਭੂ ਦਾ ਧੰਨਵਾਦ ਕਰੀਏ ਕਿ ਉਸਨੇ ਸਾਨੂੰ ਆਪਣੇ ਚੇਲੇ ਹੋਣ ਦੇ ਲਈ ਸੱਦਿਆ ਹੈ। ਅਸੀਂ ਪ੍ਰਾਰਥਨਾ ਕਰੀਏ ਕਿ ਪ੍ਰਭੂ ਸਾਨੂੰ ਹੋਰ ਜ਼ਿਆਦਾ ਹਿੰਮਤ ਤੇ ਬਲ ਬਖਸ਼ੇ ਤਾਂ ਕਿ ਅਸੀਂ ਈਮਾਨ ਵਿੱਚ ਪੱਕੇ ਰਹਿ ਕੇ ਗਵਾਹੀ ਦਿੰਦੇ ਰਹੀਏ। ਹੱਥਾਂ ਨੂੰ ਜੋੜੋ, ਅੱਖਾਂ ਨੂੰ ਬੰਦ ਕਰੋ, ਪ੍ਰਾਰਥਨਾ ਕਰੀਏ। ਪਿਆਰੇ ਖੁਦਾਵੰਦ, ਅੱਜ ਦੇ ਵਚਨ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਹੇ ਪ੍ਰਭੂ, ਸਾਨੂੰ ਹਮੇਸ਼ਾ ਈਮਾਨ ਵਿੱਚ ਪੱਕੇ ਰਹਿਣ ਦੇ ਲਈ ਅਤੇ ਤੇਰੇ ਸੇਵਕ ਬਣੇ ਰਹਿਣ ਦੇ ਲਈ, ਹਰ ਦੁੱਖ ਤਕਲੀਫ ਦਾ ਸਾਹਮਣਾ ਕਰਨ ਦੇ ਲਈ ਸ਼ਕਤੀ ਦੇ ਦਿਓ। ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ।